ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ? ਹੋਪ ਯੂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਠੰਡ ਦੇ ਮੌਸਮ ਨੂੰ ਪਿੰਨੀਆਂ ਖਾ ਕੇ ਚਾਹ ਦੇ ਨਾਲ ਆਨੰਦ ਮਾਣ ਰਹੇ ਹੋਵੋਗੇ। ਤੇ ਅੱਜ ਅਸੀਂ ਤੁਹਾਨੂੰ ਪਾਰਟੀ ਵੇਅਰ ਬ੍ਰੋਕੇਡ ਦਿਖਾਵਾਂਗੇ, ਠੀਕ ਹੈ? ਅੱਜ ਮੈਂ ਇਹ ਨਹੀਂ ਦੱਸਿਆ ਸੱਚ, ਮੈਂ ਹੈਪੀ ਖਹਿਰਾ ਫਰੋਮ ਖਹਿਰਾ ਸਰਦਾਨੀ ਬੁਟੀਕ ਤੋਂ। ਹੁਣ ਤੁਹਾਨੂੰ ਆਪਾਂ ਨਵੀਂ ਨਵੀਂ ਕਲੈਕਸ਼ਨ ਅਜੇ ਦਿਖਾਉਂਦੇ ਤੁਹਾਡੀ। ਪਿਓਰ ਬ੍ਰੋਕੇਡ ਹੈ, ਰੈੱਡ ਸੂਟ, ਇਹਨੂੰ ਆਪਾਂ ਹਾਈਲਾਈਟ ਕੀਤਾ ਛੋਟੀ ਛੋਟੀ ਬੂਟੀ ਦੇ ਨਾਲ। ਘੇਰਾ ਬਣਿਆ, ਘੇਰੇ ਤੇ ਰੈੱਡ ਕਲਰ ਦਾ ਪੈਚ ਲਗਾਇਆ, ਪੈਚ ਤੇ ਕੰਮ ਕੀਤਾ ਹੈ, ਬਾਜੂ ਤੇ ਕੰਮ ਆ। ਇਹਦਾ ਸਪੈਸ਼ਲਿਟੀ ਕਿ ਇਹਨਾਂ ਦੇ ਇਹਨਾਂ ਸੂਟਾਂ ਦੀਆਂ ਸਲਵਾਰਾਂ ਤੇ ਬਹੁਤ ਹੀ ਸੋਹਣਾ ਸੋਹਣਾ ਕੰਮ ਹੋਇਆ। ਰੂਟ ਸਿਲਕ ਦੇ ਵਿੱਚ ਸਲਵਾਰ ਹੈ, ਸਲਵਾਰ ਸਟ੍ਰੇਟ ਬਣੇਗੀ, ਜਿਹਨੂੰ ਕਿ ਆਪਾਂ ਕਹਿ ਦਿੰਦੇ ਸਾਂਝੀ ਸਲਵਾਰ, ਪਾਕਿਸਤਾਨੀ ਸਲਵਾਰ, ਕਈ ਤਰ੍ਹਾਂ ਨਾਲ ਹਰ ਕੋਈ ਆਪਣੇ ਹਿਸਾਬ ਨਾਲ ਪ੍ਰੋਨਾਂਸ ਕਰਦਾ ਹੈ। ਦੇਖੋ ਕੰਮ ਕਿੰਨਾ ਸੋਹਣਾ ਹੋਇਆ ਹੈ ਸਲਵਾਰ ਦੇ ਉੱਤੇ। ਇਹਦੇ ਨਾਲ ਪਿਓਰ ਚਨੌਨ ਦਾ ਦੁਪੱਟਾ ਹੈ, ਦੁਪੱਟੇ ਤੇ ਵੀ ਬਹੁਤ ਸੋਹਣੀਆਂ ਲਾਈਨਾਂ ਪਾ ਕੇ ਵਿੱਚ ਬੂਟੀਆਂ ਪਾ ਕੇ ਕੰਮ ਹੋਇਆ ਹੈ। ਬਹੁਤ ਹੀ ਪਿਆਰਾ ਜਿਹਾ ਸੂਟ, ਬੜਾ ਐਲੀਗੈਂਟ ਜਿਹਾ ਸੂਟ ਆ। ਇਹਦੇ ਵਿੱਚ ਬਹੁਤ ਸਾਰੇ ਕਲਰ ਆਏ ਆ, ਹੌਲੀ ਹੌਲੀ ਮੈਂ ਤੁਹਾਨੂੰ ਸਾਰੇ ਦਿਖਾ ਰਹੀ ਹਾਂ। ਇਹ ਵੀ ਰੈੱਡ ਕਲਰ ਤੇ ਪੈਨਲਸ ਬਣੇ ਆ, ਵਿੱਚ ਤਿੱਲੇ ਦਾ ਦਬਕੇ ਦਾ ਸਾਰਾ ਕੰਮ ਹੋਇਆ। ਦੇਖੋ ਕਲੋਜ਼ ਤੋਂ ਕਿੰਨਾ ਸੋਹਣਾ, ਪੂਰੇ ਬੂਟੇ ਨੂੰ ਕਿੰਨਾ ਸਜਾਇਆ, ਪੂਰਾ ਪੀਠਿਆ, ਬੜਾ ਠੋਸ ਜਿਹਾ ਕੰਮ ਹੋਇਆ ਹੈ। ਤੇ ਬਾਜੂ ਤੇ ਵੀ ਕੰਮ ਆ, ਇਹਦੇ ਵਿੱਚ ਜਿਹੜੇ ਫਲਾਵਰ ਹਾਈਲਾਈਟ ਹੋ ਰਹੇ ਪਿੰਕ ਕਲਰ ਦਾ, ਉਹਦੇ ਹਿਸਾਬ ਨਾਲ ਆਪਾਂ ਪੈਚ ਲਗਾਇਆ ਹੈ। ਬਾਜੂ ਤੇ ਵੀ ਕੰਮ ਆ, ਘੇਰੇ ਤੇ ਵੀ ਕੰਮ ਆ, ਤੇ ਘੇਰੇ ਦੇ ਉੱਤੇ ਪੈਚ ਲਗਾ ਕੇ ਬਹੁਤ ਸੰਘਣਾ ਕੰਮ ਕੀਤਾ ਹੈ। ਇਹਦੇ ਨਾਲ ਸਲਵਾਰ ਪਲੇਨ ਰੈੱਡ ਕਰੇਪ 'ਚ ਸਲਵਾਰ ਆਏ, ਬੜੀ ਪਿਆਰੀ ਜੀ ਮੈਚਿੰਗ ਆ। ਦੇਖੋ ਕੰਮ ਹੋਇਆ ਸਲਵਾਰ ਤੇ, ਨਾਲ ਪਿਓਰ ਚਨੌਨ ਦਾ ਦੁਪੱਟਾ ਰੈੱਡ, ਉਹਦੇ ਉੱਤੇ ਗੋਲਡਨ ਬੂਟੀ ਹੋਈ ਹੈ। ਬਹੁਤ ਹੀ ਸੋਹਣਾ ਜਿਹਾ ਸੂਟ, ਮਤਲਬ ਕਿ ਤੁਸੀਂ ਬ੍ਰੋਕੇਟ ਤੇ ਵਰਕ ਕਰਵਾ ਸਕਦੇ ਹੋ, ਇਹ ਆਈਡੀਆ ਜਿਹਾ ਤੁਹਾਨੂੰ ਦੇ ਰਹੀ ਹਾਂ। ਉੱਦਾਂ ਵੀ ਤੁਸੀਂ ਪਲੇਨ ਵੀ ਸਟਿਚ ਕਰਾ ਸਕਦੇ ਹੋ। ਦੇਖੋ ਸੇਮ ਕਲਰ ਆ, ਇਹਦਾ ਪੈਟਰਨ ਚੇਂਜ ਆ, ਬਾਜੂ ਤੇ ਕੰਮ ਆ। ਇਹਦਾ ਆਪਾਂ ਘੇਰਾ ਬਣਾਇਆ ਹੈ, ਘੇਰੇ ਦੇ ਉੱਤੇ ਕਈ ਹੁਣ ਹਨਾ ਕਲਾਇੰਟ ਬਿਲਕੁਲ ਛੋਟਾ ਲਾਈਟ ਜਿਹਾ ਕੰਮ ਮੰਗਦੇ, ਉਹਦੇ ਹਿਸਾਬ ਦੇ ਨਾਲ ਘੇਰਾ ਬਣਿਆ। ਸਲਵਾਰ ਤੇ ਕੰਮ ਆ, ਸਲਵਾਰ ਤੇ ਵੀ ਆਪਾਂ ਪੈਚ ਲਗਾਇਆ, ਉਹਦੇ ਉੱਪਰ ਕੰਮ ਛੋਟੇ ਪਰਲ ਦਾ, ਤੇ ਤਿੱਲਾ ਦਬਕਾ ਮਿਰਰ ਬਹੁਤ ਸੋਹਣਾ ਕੰਮ ਕੀਤਾ ਹੈ। ਪਿਓਰ ਚਨੌਨ ਦਾ ਦੁਪੱਟਾ ਹੈ, ਦੁਪੱਟੇ ਦੇ ਉੱਤੇ ਬੂਟੀ ਹੈ, ਬੂਟੀ ਸਾਰੇ ਸੂਟਾਂ ਦੇ ਡਿਫਰੈਂਟ ਡਿਫਰੈਂਟ ਹੋਏਗੀ। ਇੰਗਲਿਸ਼ ਜਿਹਾ ਕਲਰ ਲਾਈਟ ਪਿੰਕ, ਫੈਬਰਿਕ ਦੇਖੋ ਕਿੰਨਾ ਵਧੀਆ ਪਿਓਰ ਬ੍ਰੋਕੇਡ, ਇਵੇਂ ਲੱਗਦਾ ਬਹੁਤ ਹੀ ਲਾਈਟ ਜਿਹਾ ਸ਼ੇਡ, ਲਾਈਟ ਜਿਹਾ ਸਟੱਫ ਆ। ਪਿੱਛੋਂ ਬੈਕ ਸਾਈਡ ਦੇਖੋ ਕਿੰਨਾ ਸੋਹਣਾ ਸੋਫਟ, ਉਦਾਂ ਦੀ ਬ੍ਰੋਕੇਡ ਨਹੀਂ ਆ ਜਿਹੜੇ ਐਵੇਂ ਚੁੱਭਦੀ ਰਹਿੰਦੀ ਆ, ਮੋਟੀ ਮੋਟੀ ਜੀ ਲੱਗਦਾ ਬੰਦਾ ਹਨਾ, ਉਦਾਂ ਨਹੀਂ ਆ। ਸਾਡੇ ਵਰਗੇ ਮੋਟੇ ਬੰਦੇ ਵੀ ਪਾ ਸਕਦੇ ਆ। ਬਹੁਤ ਹੀ ਲਾਈਟ ਵੇਟ ਸਟੱਫ, ਬੂਟੀਆਂ ਘੇਰੇ ਤੇ ਦੇਖੋ ਤਿੰਨ ਕਲਰ ਦੇ ਪੈਚ ਲੱਗੇ ਆ, ਪੈਚ ਨਾਲ ਹਾਈਲਾਈਟ ਕੀਤਾ, ਬਹੁਤ ਸੋਹਣਾ ਸੂਟ। ਬਾਹਾਂ ਤੇ ਕੰਮ ਹੋਇਆ ਹੈ, ਮੈਜੈਂਟਾ ਬਾਟਲ ਗ੍ਰੀਨ ਤੇ ਰਸਟ ਕਲਰ ਦਾ ਪੈਚ ਲੱਗਾ ਹੈ। ਤੇ ਸਲਵਾਰ ਸਾਟਨ ਸ਼ਿਮਰ ਦੇ ਵਿੱਚ ਸਲਵਾਰ ਆ, ਬਹੁਤ ਹੀ ਪਿਆਰਾ ਸਟੱਫ। ਤੇ ਸਲਵਾਰ ਦੇ ਉੱਤੇ ਕੰਮ ਦੇਖੋ ਕਿੰਨਾ ਸੋਹਣਾ, ਕਿੰਨਾ ਹੈਵੀ ਹੋਇਆ ਹੈ, ਪੂਰਾ ਘੇਰਾ ਬਣ ਜਾਂਦਾ ਜੇ ਇੱਕ ਸੂਟ ਦਾ। ਦੇਖੋ ਦੋਵੇਂ ਸਲਵਾਰਾਂ ਮਿਲਾ ਕੇ, ਠੀਕ ਹੈ ਨਾ, ਕਿੰਨਾ ਸੋਹਣਾ ਕੰਮ ਹੋਇਆ। ਪਿਓਰ ਚਿਨੋਨ ਦਾ ਦੁਪੱਟਾ ਹੈ, ਦੁਪੱਟੇ ਦੇ ਵਿੱਚ ਬੂਟੀ ਸੈੱਟ ਕੀਤੀ ਆ ਵਰਕ ਦੇ ਹਿਸਾਬ ਦੇ ਨਾਲ। ਇਹਨੂੰ ਤੁਸੀਂ ਫੇਸਿੰਗ ਕਰਾ ਕੇ ਲੇਸਿਸ ਲਗਾ ਕੇ ਆਪਣੇ ਹਿਸਾਬ ਨਾਲ ਹਾਈਲਾਈਟ ਕਰਵਾ ਸਕਦੇ ਹੋ। ਸੀ ਗ੍ਰੀਨ ਡਾਰਕ, ਕਿੰਨਾ ਪਿਆਰਾ ਜਿਹਾ ਸਟੱਫ ਦੇਖੋ, ਇਹਦੇ ਇਹਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ, ਛੋਟੀਆਂ ਛੋਟੀਆਂ ਅੰਬੀਆਂ ਬਣੀਆਂ ਹੈ। ਪਹਿਲਾਂ ਤਾਂ ਫੈਬਰਿਕ ਬਹੁਤ ਸੋਹਣਾ ਹੈ, ਕਲਰ ਬਹੁਤ ਸੋਹਣਾ ਹੈ, ਉਹਦਾ ਉੱਤੋਂ ਪ੍ਰਿੰਟ ਬਹੁਤ ਸੋਹਣਾ ਹੈ। ਇਹਦਾ ਘੇਰਾ ਬਣਿਆ ਹੈ, ਮੈਜੈਂਟਾ ਕਲਰ ਦੇ ਪੈਚ ਨਾਲ ਹਾਈਲਾਈਟ ਕੀਤਾ ਹੈ। ਬਾਜੂ ਬਣੀ ਆ, ਛੋਟੀ ਛੋਟੀ ਸਪਰੇ ਆ। ਸਲਵਾਰ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਆ, ਦੇਖੋ ਸਲਵਾਰ ਕਿੰਨੀ ਪਿਆਰੀ ਬਣੀ ਇਹਦੀ। ਆਹ ਪੂਰਾ ਸਲਵਾਰ ਦਾ ਕੰਮ ਆ, ਪੈਚ ਲੱਗੇ ਆ ਵਿੱਚ, ਕੰਮ ਦੇਖੋ ਪੂਰਾ ਕਿੰਨਾ ਪੂਰਾ ਚੌੜਾ ਬਣਿਆ ਪੂਰਾ ਬਾਰਡਰ। ਤੇ ਪਿਓਰ ਚਨੌਨ ਦਾ, ਇਹਨਾਂ ਨਾਲ ਅਸੀਂ ਸਾਰੇ ਪਿਓਰ ਚਨੌਨ ਦੇ ਦੁਪੱਟੇ ਰੱਖੇ ਆ, ਕਿਉਂਕਿ ਹਰ ਏਜ ਗਰੁੱਪ ਵਾਸਤੇ ਸੂਟੇਬਲ ਸੂਟ ਨੇ, ਭਾਵੇਂ ਕੁੜੀਆਂ ਲੈ ਲੈਣ ਤੇ ਭਾਵੇਂ ਸਾਡੇ ਆਂਟੀਆਂ ਲੈ ਲੈਣ। ਮੈਜੈਂਟਾ, ਇਹਦਾ ਘੇਰਾ ਬਣਿਆ ਹੈ, ਅਸੀਂ
फोल्डिंग वास्ते नीचे ये काम छड़िया भी जे किसी ने गले गुले ते वर्क एड ऑन करना आप करा देंगे। बाला काम भारा ब्रोकेट ते सोहना नहीं लगता। घेरा बॉटल ग्रीन दे नाल हाईलाइट किया बाजू ते भी तेने दे ते बूटे सैट किए। सलवार सैमी सिल्क दे विच आ, देखो इहदा काम सलवार ते किन्ना सोहना होया है। यह दोनों पोंचे सलवार दे बहुत ही सोहना काम होया है ते प्योर चिनौन दा इहदे नाल मजेंटा रंग देखो इन्ना सोहना चुन्नी का ते बूटियां इहदे ते सैट कीतियां है। बूटियां सारियां ही टोटल ही दबके दे विच बणियां, कोई इहदे विच तिल्ले तिल्ला नहीं ऐड ऑन किया, सारा टोटल ही चुन्नी दे उत्ते दबके दी बूटी है। बहुत ही सोहना सूट, पीकॉक जा शेड घेरा बनिया, बाजू बनी, हर एक दा जिहड़ा डिजाइन अलग अलग है डिफरेंट आ। घेरे नूं हाईलाइट देखो किन्ना सोहना किया है, बड़ा प्यारा जिहा डिजाइन आ। स्ट्रेट सलवार बनेगी इहदे नाल, बहुत ही प्यारा जिहड़ा वा सलवार ते कम किया, किन्ना ब्रॉड किन्ना चौड़ा ते किन्ना सोहना सीकुएंस ते मोती दे नाल तिल्ले नाल दबके नाल सलवार नूं पूरा सजाया है ते प्योर चिनौन दा इहदे नाल दुपट्टा है। उहदे विच बूटी है जिहड़ी कि इहदे नाल सलवार दे विच रलदी हुई सेम बूटी चुन्नी च पाई है। बहुत ही प्यारा जिहा सैट, बहुत सोहना सूट है। लाइट जिहा पिस्ता बूटियां पाईयां है, ठीक है। घेरा पाया बनाया है, घेरे नूं तीन कलर नाल हाईलाइट किया है। बाजू आ सलवार दिखा, मैचिंग सलवार आ प्लेन, देखो सलवार दा कम किन्ना सोहना है। दोवें पोंचे सलवार दे प्योर चनौन दा इहदे नाल दुपट्टा है। कलर बहुत प्यारा जिहा है अंगूरी जी शेड, बहुत ही सोहना सूट। इन्हां दे तुसीं मैनूं स्क्रीनशॉट सेंड कर दिओ ते तुहानूं सारिआं दे प्राइस दस दित्ते जाणगे। जिन्हें विजिट करना विजिट कर लिओ, जिन्हें पार्सल करवाउणा पार्सल करा लिओ। विदाउट स्टिचिंग भी लै सकदे हो, विद स्टिचिंग भी लै सकदे हो। स्टिचिंग वास्ते सानूं 2-3 हफ्ते का टाइम दो ते वर्क वास्ते ते 1 मंथ। बड़े लै जाओगे तो तुहाडा भी टाइम बच जाएगा ते साडा भी। थैंक यू सो मच।